नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। की प्रॉब्लम तुहानू आई जिहड़ा तुहाडा झगड़ा होया, कदों होया? ਨਾਮ ਮੇਰਾ ਪਰਮਿੰਦਰ ਸਿੰਘ, ਪਿੰਡ ਉੜਦਨ। ਸਾਡੇ ਪਿੰਡ ਦਾ ਟਰਾਂਸਫਾਰਮ ਖਰਾਬ ਸੀ ਅਤੇ ਆਪਾਂ ਗਰਾਹੀ ਲਾਈ ਘਰ ਘਰ 150 ਰੁਪਈਆ, ਅਤੇ ਸਾਡੇ ਘਰ 'ਚ ਇੱਕ ਘਰ ਉਹ ਖਰਾਬ ਕਰਦਾ। ਹਰ ਵਾਰ ਆਪਾਂ ਗਰਾਹੀ ਲੈਣ ਜਾਂਦੇ, ਜਦੋਂ ਖਰਾਬ ਹੁੰਦਾ ਉਹ ਇੱਦਾਂ ਕਰਦੇ ਨੇ, ਗਰਾਹੀ ਨਹੀਂ ਦਿੰਦੇ। ਤੁਹਾਨੂੰ ਕੋਈ ਸੱਟ ਪੇਟ? ਸੱਟ ਪੇਟ ਉਹਨਾਂ ਸਾਡੇ, ਆਪਾਂ ਜਦੋਂ ਟਰਾਂਸਫਾਰਮ ਬਣਾ ਤਾ ਸੀ ਤਾਰਾਂ ਲਾਉਣ 20 ਮੀਟਰ 'ਚ, ਉਹਨੇ ਲਿਆ ਕੇ ਕਿਰਪਾਨਾਂ ਮੇਰੇ ਮਾਰੀਆਂ ਘਰੋਂ ਕੱਢ ਕੇ, ਅਤੇ ਫਿਰ ਮੁੰਡਾ ਸੀ ਅਤੇ ਲੋਤਾ ਇਹਨੇ ਕਿਰਪਾਨ ਮਾਰੀ ਮੇਰੇ ਸਿਰ 'ਤੇ, ਨਾਲ ਮੇਰੇ ਬਾਪੂ ਦੇ ਮਾਰੀ ਟੋਲੇ 'ਚ, ਅਤੇ ਮੇਰੇ ਇਹਦੀ ਭੈਣ ਅਤੇ ਦੋ ਭਰਾ ਅਤੇ ਮਾਤਾ ਇਹ ਮੇਰੇ ਗਲ ਪੈ ਗਏ ਨੇ, ਅਤੇ ਫਿਰ ਮੈਨੂੰ ਪਿੰਡੋਂ ਮੁੰਡੇ ਨੇ ਛਡਾਇਆ। ਇਹਨਾਂ ਸਾਡੇ 'ਤੇ ਵਿਰੋਧ ਲਾਇਆ ਕਿ ਇਹ ਪਾਲਟੀ ਪੂਲਟੀ ਨੂੰ ਸਾਡਾ ਕੋਈ ਸੰਬੰਧ ਨਹੀਂ ਹੈਗਾ, ਸਾਡੇ ਨਾਲ ਗਵਾਹ ਬੈਠੇ ਨੇ ਸਾਰੇ ਸਾਡੇ ਜਿੰਨੇ ਜਿੰਨਾ ਕਿ ਰੰਗ ਮੀਟਰ ਮੁਟਰ ਨੇ। ਹਾਂਜੀ, ਬਾਕੀ ਤੁਸੀਂ ਪੁੱਛ ਸਕਦੇ ਹੋ ਸਾਰਿਆਂ ਨੂੰ। ਹਾਂਜੀ ਆਂਟੀ ਜੀ, ਮੈਂ ਗੁਰਭੇਜ ਸਿੰਘ ਦੀ ਮੰਮੀ, ਉੱਦਾਂ ਤੋਂ ਰਹਿਣ ਵਾਲੀ। ਹਾਂਜੀ ਹਾਂਜੀ। ਅਤੇ ਇਹਨਾਂ ਦਾ ਇਹੋ ਬੱਤੀ ਤੋਂ ਝਗੜਾ 150 ਰੁਪਈਏ ਤੋਂ ਗਰਾਹੀ ਤੋਂ ਹੋਇਆ ਵਾ, ਅਤੇ ਇਹ ਮੁੰਡੇ ਨੂੰ ਇਹਨਾਂ ਨੇ ਸਾਰੇ ਟੱਬਰ ਨੇ ਫੜਿਆ ਸੀ, ਅਤੇ ਮੂੰਹ ਦਾ ਪਾਟਾ ਜੇ ਵੇਖ ਲਓ, ਵਿਰਾਸ਼ ਖੋਲ੍ਹ ਕੇ, ਅਤੇ ਸੋਟਾ ਵੀ ਵੱਜਾ ਜੇ, ਸਿਰ 'ਚ ਵੀ ਕਿਰਪਾਨ ਵੱਜੀ ਜੇ, ਅਤੇ ਇਹ ਘਰੋਂ ਦਾਤਰ ਖੋਲ੍ਹ ਲਿਆ, ਰੋਜ਼ ਬੱਤੀ ਦੀ ਚੋਰੀ ਕਰਦਾ ਸੀ। ਆਂਢ ਗੁਆਂਢ ਨੂੰ ਪੁੱਛ ਲਓ, ਇਹਨੂੰ ਮੌਕੇ 'ਤੇ ਵੀ ਫੜਿਆ ਅਤੇ ਤਾਂ ਵੀ ਇਹਨਾਂ ਦੇ ਸਾਰੇ ਟੱਬਰ ਨੇ ਇਹ 'ਤੇ ਚੂੜਾ ਚਲਾਇਆ। ਇੱਕ ਬੂਟੀ ਅੱਗੇ ਨਾ ਕੁੱਟ ਕੇ ਕੱਢੀ, ਹੁਣ ਸੋਟੀ ਵੀ ਕੱਢੀ, ਚੀਜ਼ਾਂ ਉਹਨਾਂ ਬੂਟੀਆਂ ਨੇ ਭੰਨੀਆਂ, ਅਤੇ ਜਲਾਮ ਮੇਰੇ ਬੱਚੇ 'ਤੇ ਅਤੇ ਇਹਨਾਂ ਬੱਚਿਆਂ 'ਤੇ ਲੱਗਣ ਡਿਆ ਵਾ। ਠੀਕ ਹੈ, ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਅਤੇ ਜੋ ਅਸੀਂ ਆਖਣ ਡਿਆ ਸੱਚਾਈ ਇਹੋ ਹੀ ਆ, ਅਤੇ ਬੇਹਨਾਕ ਨਾ ਕਿਸੇ ਨਾਲ ਵੀ ਹੋਵੇ। ਠੀਕ ਹੈ, ਅਤੇ ਇੱਥੇ ਇਹ ਜਿਹੜਾ ਆਂਢ ਗੁਆਂਢ ਰਹਿਣ ਡਿਆ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਵੇ। ਠੀਕ ਹੈ, ਤਾਂ ਵੀ ਇਹਨਾਂ ਮੌਕਿਆਂ ਕੀ ਦੇਖਿਆ ਵਾ? ਠੀਕ ਹੈ, ਹਾਂਜੀ ਦੱਸਿਓ ਜੀ, ਇਹ ਜਿਹੜਾ ਇਹਨਾਂ ਦਾ ਝਗੜਾ ਹੈ ਕਦੋਂ ਹੋਇਆ ਸੀ? ਇਹਨਾਂ ਦੇ ਬੱਤੀ ਤੋਂ ਹੋਇਆ, ਜੇ ਤਾਂ ਗ੍ਰਾਂਤੀ ਰੋਜ਼ ਕੁੰਡੀ ਲਾਉਂਦਾ ਸੀ, ਤੁਹਾਡਾ ਮੀਟਰ ਸਰਿਆ ਸੀ ਪਹਿਲਾਂ ਹੀ, ਤਾਂ ਫਿਰ ਭੇਜਾ ਭਾਜੀ ਸਾਡਾ ਅਤੇ ਉਹ ਤਾਰ ਲਾਉਂਦੇ ਸੀ, ਅਤੇ ਉਹ ਜਦੋਂ ਤਾਰ ਲਾਉਂਦੇ ਸੀ ਤਾਂ ਉੱਧਰੋਂ ਮੀਟਰ ਸਾਰੇ ਸਰੇ ਆ, ਅਤੇ ਵੈਸੇ ਤਾਂ 150 ਰੁਪਈਆ ਲੈਣ ਗਏ ਆ ਗਰਾਈ, ਸਾਰੇ ਹੀ ਘਰਾਂ ਨੇ ਲਾਈ ਸਾਰੀ 150 ਰੁਪਈਆ ਗਰਾਈ, ਇਹ ਲੈਣ ਜਦੋਂ ਜਾਂਦੇ ਹਰ ਕਿ ਨੱਕ ਪੱਤ ਕਰਦੇ ਆ, ਅਤੇ ਕਹਿੰਦੇ ਰੋੜਾ ਇੱਟਾਂ ਚਲਾਇਆ, ਰੋੜਾ ਇੱਟਾਂ ਇਹਨਾਂ ਨੇ ਚਲਾਇਆ ਕੋਠੇ 'ਤੇ ਚੜ੍ਹ ਚੜ੍ਹ ਕੇ, ਇਹਨਾਂ ਦੀ ਭੈਣ ਖੁਦ ਆਈ ਇੱਕ ਪੱਤ ਦੇ ਵਿੱਚ ਥਾਪੀ ਲੈ ਕੇ, ਹੁਣ ਮਾਂ ਵੀ ਆਈ ਚੰਗੀ ਭਲੀ, ਮਾਂ ਵੀ ਲਾਗੋ ਨਹੀਂ ਲੰਘੀ, ਕੋਈ ਸਿਰ 'ਚ ਡੰਡਾ ਨਹੀਂ ਵੱਜਿਆ, ਕੁਝ ਨਹੀਂ ਹੋਇਆ, ਚੰਗੀ ਭਲੀ ਲੰਘੀ ਆ, ਅਤੇ ਜਾਣ ਕੇ ਕਹਿੰਦੀ ਮੇਰੇ ਸਿਰ 'ਚ ਸੱਟਾਂ ਲੱਗੀਆਂ, ਕੋਈ ਚੀਜ਼ ਨਹੀਂ ਇਹਨਾਂ ਬਣਨੀ, ਕੋਈ ਗੱਲ ਨਹੀਂ ਕਿ ਨਾ ਇਹ ਕਾਂਸੀ ਟੱਪੇ ਇਹਨਾਂ ਦੀ। ਤੁਸੀਂ ਇਹਨਾਂ ਦੇ ਕੀ ਲੱਗਦੇ, ਗਵਾਂਢੀ ਕੋ ਜਾ ਕੇ? ਠੀਕ ਹੈ ਜੀ, ਪੱਤੀ ਤੋਂ ਹੀ ਹੋਈ 150 ਰੁਪਏ। ਠੀਕ ਹੈ, ਜਾਣ ਗਿਆ ਮੁੰਡੇ ਕਰਾਈ ਨਹੀਂ ਦਿੱਤੀ। ਠੀਕ ਹੈ, ਹਾਂਜੀ ਅੰਕਲ ਜੀ, ਤੁਸੀਂ ਦੱਸੋ ਤੁਹਾਡੇ ਕਿੰਨੀ ਕੁ ਲੱਗੀ ਸੱਟ? ਇਹ ਜੋ ਇਹ ਲੜਾਈ ਹੋਈ ਆ 32 ਤੋਂ 150 ਰੁਪਈਏ ਤੋਂ ਹੋਈ ਆ, 2 ਮੀਟਰ ਆ ਉਹਨਾਂ ਦੇ, 1 ਮੀਟਰ ਉਹ ਦੱਸਦਾ ਵਾ, ਤੇ ਇਹ ਮੁੰਡਿਆਂ ਨੇ ਆਖਿਆ ਵੀ ਜੇ ਤੇਰਾ 1 ਮੀਟਰ ਆ, 1 ਮੀਟਰ ਦੀ ਗਰਾਹੀ ਦੇਣਾ, ਦੂਜਾ ਮੀਟਰ ਵੀ ਚੁਕਟਾਇਆ ਜਾਵੇ, ਤੇ ਉਹ ਇਸ ਗੱਲ ਦੀ ਕਹਿੰਦਾ ਵੀ ਮੇਰਾ ਮੀਟਰ ਇੱਕੋ ਆ, ਗਰਾਹੀ 1 ਮੀਟਰ ਦਿੱਤੀ ਆ। ਫਿਰ ਰਾਤ ਨੂੰ ਇਹਨੇ ਮੁੰਡੇ ਨੇ ਸਾਰੇ ਜੀ ਇਕੱਠੇ ਕੀਤੇ ਆ, ਉਹਨਾਂ ਨੂੰ ਇਕੱਠਿਆਂ ਕਰਕੇ ਉਹਨੂੰ ਆਖਣ ਲੱਗਾ ਵੀ ਚਲੋ ਮੇਰੇ ਨਾਲ, ਅਤੇ ਉਹਨੂੰ ਪੁੱਛਿਆ ਜਾਵੇ, ਇਹ ਪੁੱਛਣ ਗਏ ਆ। ਜਿਸ ਵਕਤ ਫਿਰ ਸਾਡਾ ਮਾਨਯੋਗ ਝਾੜੂ ਵਾਲਾ ਉਹ ਵੀ ਆਇਆ ਵਾ, ਅਤੇ ਉਹ ਗਏ ਉਹਨਾਂ ਦੇ ਘਰ, ਇਹ ਪਿਛਾਹ ਹੀ ਖਲੋਤੇ ਅਜੇ ਪੁਲ ਦੇ ਉੱਤੇ, ਇਹਨਾਂ ਨੇ ਮੁੜ ਕੇ ਉਦੋਂ ਦਾਤਰ ਕਿਰਪਾਨਾਂ ਲਿਆ ਕੇ ਇਹਨਾਂ ਦੇ ਗਲ ਪੈ ਗਏ ਆ, ਇਹਨਾਂ ਕੋਲ ਨਾ ਕੋਈ ਡੰਡਾ ਨਾ ਕੋਈ ਦਾਤਰ ਕਿਰਪਾਨ, ਰੋੜੇ ਵੀ ਉੱਧਰੋਂ ਚੱਲੇ ਆ,
ਤੇ ਫਿਰ ਇਹ ਮੁੜ ਕੇ ਭੱਜ ਭੁੱਜ ਗਿਆ। ਇਹੋ ਗੱਲ ਜੀ। ਤੇ ਕੀ ਪ੍ਰਸ਼ਾਸਨ ਤੋਂ ਤੁਸੀਂ ਕੀ ਚਾਹੁੰਦੇ ਵੀ ਇਨਸਾਫ ਚਾਹੀਦਾ? ਅਸੀਂ ਪ੍ਰਸ਼ਾਸਨ ਕੋ ਇਹ ਚਾਹੁੰਦੇ ਆ ਇਹਨਾਂ ਮੁੰਡਿਆਂ ਦੇ ਜਿਹੜਾ ਕੋਈ ਇਲਜ਼ਾਮ ਲੱਗਦਾ ਇਹਨਾਂ ਦਾ ਫੈਸਲਾ ਕੀਤਾ ਜਾਵੇ। ਠੀਕ ਹੈ। ਹਾਂਜੀ ਹਾਂਜੀ ਦੂਜੇ ਦੀ ਗਰਾਹੀ ਮੰਗੇ ਕਹਿ ਦਿੰਦਾ ਵੀ ਬਾਅਦ ਚ ਲੈ ਜਾਓ। ਠੀਕ ਹੈ ਜੀ। ਡੇਢ ਸੌ ਰੁਪਈਏ ਤੋਂ ਲੈਣ ਗਏ ਤੇ ਡੇਢ ਸੌ ਰੁਪਈਏ ਦੇ ਗੜ ਪੈ ਗਏ ਆ ਗਾੜੀ ਉਹ। ਠੀਕ ਹੈ ਜੀ। ਇਹ ਲੜਾਈ ਕਿਦਣ ਦੀ ਹੋਈ ਆ? ਕਿੰਨੀ ਤਰੀਕ ਦੀ? 29 ਤਰੀਕ ਦੀ ਹੋਈ ਜੀ। ਠੀਕ ਹੈ ਜੀ। ਤੁਸੀਂ ਕੀ ਚਾਹੁੰਦੇ ਜਾਣ? ਇਨਸਾਫ ਹੀ ਚਾਹੁੰਦੇ ਆ ਵੀਰ ਜੀ ਅਸੀਂ। ਠੀਕ ਹੈ। ਧੱਕਾ ਨਹੀਂ ਜੀ ਹੋਣਾ ਚਾਹੀਦਾ। ਠੀਕ ਹੈ ਜੀ।